ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਵਿੱਚ ਰੋਡ ਸ਼ੋਅ ਕੀਤਾ ਜਿਸ ਵਿੱਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਇਲਾਕੇ ਵਿੱਚ ਵਿਕਾਸ ਨਹੀਂ ਕੀਤਾ। ਸਹਿਯੋਗ ਆਪ ਮੁਹਾਰਾ ਜੋਸ਼ ਰੂਸ ਦੇ ਵਿੱਚੋਂ ਪੈਦਾ ਹੋਇਆ, ਉਹ ਜੋਸ਼ ਜਿਹੜਾ ਬਦਲਾਓ ਭਾਲਦਾ ਸੀ 2014 ਦੇ ਵਿੱਚ 5 ਲੱਖ ਵੋਟਰ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2017 ਦੇ ਵਿੱਚ ਆਈ, ਬਦਲਾਅ ਦੇ ਵਾਅਦੇ ਬਾਦਲਾਂ ਦੀਆਂ ਮਾਫੀਆ ਬਾਦਲਾਂ ਦੇ ਪਾਏ ਗੰਦ ਨੂੰ ਸਾਫ਼ ਕਰਨ ਲਈ, ਬਟ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਹੋ ਸਕਿਆ। ਇਸ ਕਰਕੇ ਅੱਜ ਪੰਜਾਬ ਦਾ ਜਿਹੜਾ ਆਵਾਮ ਹੈ ਉਹ ਇਹ ਗੱਲ ਮਨ ਦੇ ਵਿੱਚ ਪੱਕੀ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਨੂੰ ਲੈ ਕੇ ਕਿ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਕੈਂਡੀਡੇਟ ਪੰਜਾਬ ਦੇ ਅੰਦਰ ਬਦਲਾਅ ਲੈ ਕੇ ਆਉਣਗੇ। ਰਿਸ਼ਵਤਖੋਰ ਲੋਕਾਂ ਦੇ ਵਿਰੁੱਧ ਅਤੇ ਮਾਫੀਆ ਦੇ ਵਿਰੁੱਧ ਜੇ ਕੋਈ ਕੰਮ ਕਰ ਸਕਦਾ ਤਾਂ ਉਹ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਅਤੇ ਲੋਕ ਇਨਸਾਫ਼ ਪਾਰਟੀ ਆ। ਦੇਖਿਆ ਨੌਜਵਾਨਾਂ ਦਾ ਠਾਠਾ ਮਾਰਦਾ ਇਕੱਠ, ਇਸ ਗੱਲ ਦੀ ਗਵਾਹੀ ਭਰਦਾ ਕਿ ਸ਼ਹਿਰ ਕੀ ਪਿੰਡ ਕੀ ਮੱਲਾ ਕੀ ਵਾਰਡ, ਅੱਜ ਹਰ ਪਾਸੇ ਇੱਕ ਬਹੁਤ ਵੱਡੀ ਲਹਿਰ ਜਿਹੜੀ ਬਦਲਾਓ ਦੀ ਚੱਲ ਰਹੀ। ਰਵਨੀਤ ਸਿੰਘ ਬਿੱਟੂ ਨੇ ਅੱਜ ਬਿਆਨ ਦਿੱਤਾ, ਕਹਿੰਦੇ ਕਿ ਬੈਂਸ ਸਾਹਿਬ ਨੇ ਆਪਣੇ ਹਲਕੇ 'ਚ ਧਿਆਨ ਨਹੀਂ ਦਿੱਤਾ, ਕਹਿੰਦੇ ਉੱਥੇ ਟੋਏ ਪਏ ਹੋਏ ਨੇ। ਹੁਣ ਮੈਂ ਉਹਨਾਂ ਦੇ ਸਵਾਲ ਦਾ ਜਵਾਬ ਕੀ ਦੇਵਾਂ। ਉੱਤਰੀ ਹਲਕੇ ਦੇ ਵਿੱਚ ਉਹਨਾਂ ਦੇ ਕੌਂਸਲਰ ਹੈਗੇ ਕਾਂਗਰਸ ਪਾਰਟੀ ਦੇ ਗੋਪੀ, ਸ਼ਾਇਦ 92-94 ਵਾਰਡ ਨੰਬਰ, ਰਿਜ਼ਾਈਨ ਕਰ ਗਏ। ਉਹਨਾਂ ਦੇ ਵਾਰਡ ਦੇ ਵਿੱਚ ਮੇਰਾ ਖਿਆਲ ਆ 2-2 ਫੁੱਟ ਡੂੰਘੇ ਟੋਏ ਪਏ ਆ। ਮਾਲ ਰੋਡ ਜਿਹੜੀ ਆ ਲੁਧਿਆਣੇ ਦੀ ਪੱਛਮੀ ਹਲਕਾ ਜਿੱਥੋਂ ਮੰਤਰੀ ਜੀ MLA ਆ, ਉਹਦੇ 'ਤੇ ਟੋਏ ਪਏ ਹੋਏ ਆ। ਕਾਲਜ ਰੋਡ ਦਾ ਬੁਰਾ ਹਾਲ ਹੈ ਲੁਧਿਆਣੇ ਦੇ, ਮੈਂ ਤੁਹਾਨੂੰ ਇੱਕ ਨਹੀਂ ਅਨੇਕਾਂ। ਜੇ ਮੇਰੇ ਹਲਕੇ 'ਚ ਟੋਏ ਪਏ ਆ, ਬਿੱਟੂ ਜੀ ਭਰਾਉਂਦੇ ਕਿਉਂ ਨਹੀਂ ਭਰਾਉਣ? ਮੈਂ ਤਾਂ ਉਹਨਾਂ ਦਾ ਧੰਨਵਾਦ ਕਰੂੰਗਾ, ਭਾਈ ਟੋਏ ਭਰਾਉਣ ਆਇਆ ਬਿੱਟੂ। 5 ਸਾਲ ਉਹ ਬੰਦਾ ਜਿਹਨੇ ਇੱਕ ਸ਼ਬਦ ਲੋਕ ਸਭਾ ਦੇ ਅੰਦਰ ਨਾ ਬੋਲਿਆ ਹੋਵੇ, ਨਾ ਇੰਡਸਟਰੀ ਵਾਸਤੇ, ਨਾ ਕਾਰੋਬਾਰ ਵਾਸਤੇ, ਨਾ ਕਿਸਾਨ ਵਾਸਤੇ, ਅਤੇ ਅੱਜ 5 ਸਾਲਾਂ ਬਾਅਦ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਊਗਾ? ਲੋਕਾਂ ਨੇ ਹਿਸਾਬ ਲੈਣਾ, ਰਿਪੋਰਟ ਕਾਰਡ ਤਿਆਰ ਕਰੀ ਬੈਠੇ ਆ ਲੋਕ। ਉਹ ਰਿਪੋਰਟ ਕਾਰਡ 19 ਤਰੀਕ ਤੋਂ ਬਾਅਦ 23 ਤਰੀਕ ਨੂੰ ਤੁਹਾਡੇ ਸਾਹਮਣੇ ਆ ਜਾਣਾ ਵੀ ਰਿਪੋਰਟ ਕਾਰਡ ਕੀ ਹੈ। ਇੱਕ ਬੀਬੀ ਦੁੱਲੋ ਜਿਹੜੇ ਨੇ, ਉਹਨਾਂ ਦੇ ਮਿਸਿਜ਼ ਨੇ, ਉਹਨਾਂ ਦੀ ਇੱਕ ਆਡੀਓ ਵਾਇਰਲ ਹੋ ਰਹੀ ਜਿਸ ਵਿੱਚ ਉਹ ਕਾਂਗਰਸ ਪਾਰਟੀ ਦਾ ਕਹਿ ਰਹੇ ਨੇ ਕਿ ਉਹਨਾਂ ਨੇ ਸਾਨੂੰ ਕੋਈ ਚੇਅਰਮੈਨ ਹੀ ਨਹੀਂ ਦਿੱਤੀ, ਸਾਨੂੰ ਕੋਈ ਪਦਵੀ ਨਹੀਂ ਦਿੱਤੀ, ਉਹਨਾਂ ਨੇ ਕੋਈ ਬਣਦਾ ਮਾਨ ਸਨਮਾਨ ਹੀ ਦਿੱਤਾ। ਸੋ ਕਾਂਗਰਸ ਪਾਰਟੀ ਦੇ ਅੰਦਰ ਹੈ ਕੌਣ ਲੋਕ ਨੇ ਜਿਹੜੇ ਕੁਰਸੀਆਂ ਦਾ ਧੰਦਾ ਕਰਨ ਵਾਲੇ ਆ? ਜਿਹਨੂੰ ਕੁਰਸੀ ਨਹੀਂ ਮਿਲਦੀ ਉਹ ਭੱਜ ਜਾਂਦਾ ਜਦੀ। ਕਾਂਗਰਸ ਪਾਰਟੀ ਦੇ ਅੰਦਰ ਇਕੱਲਾ ਪਾਰਟੀ 'ਚ ਨਹੀਂ, ਸਰਕਾਰ ਦੇ ਅੰਦਰ ਵੀ ਇਹੀ ਕੁਛ ਆ। ਮੁੱਖ ਮੰਤਰੀ ਦੀ ਕੁਰਸੀ ਨੂੰ ਕਿੰਨੇ ਚਿੰਬੜੇ ਹੋਏ ਆ, ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਹਿਲਦੀ ਆ ਅਤੇ ਕੈਪਟਨ ਸਾਹਿਬ ਕਦੇ ਇੱਧਰ ਕਦੇ ਉੱਧਰ। ਅੱਜ ਕਾਂਗਰਸ ਦਾ, ਕਾਂਗਰਸ ਸਰਕਾਰ ਦਾ ਹਾਲ ਇਹ ਆ, ਡਿਵੈਲਪਮੈਂਟ ਵਾਲੇ ਪਾਸੇ, ਲੋਕਾਂ ਦੇ ਕੋਈ ਰੋਜ਼ਮਰਾ ਜ਼ਿੰਦਗੀ ਦੀਆਂ ਦਿੱਕਤਾਂ ਨੂੰ ਹੱਲ ਕਰਨ ਵਾਲੇ ਪਾਸੇ ਨਹੀਂ, ਪਾਟੋ ਧਾੜ ਦਾ ਸ਼ਿਕਾਰ ਹੋਈ ਕਾਂਗਰਸ ਅੱਜ ਪੰਜਾਬ ਦੇ ਲੋਕਾਂ ਦਾ ਅਤੇ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਬਹੁਤ ਵੱਡੀ ਪੱਧਰ 'ਤੇ।